بسم اللہ الرحمن الرحیم ਸਭ ਕਿਸਾਨ ਦੋਸਤੋ ਕੋ ਸਲਾਮ ਵਾਲੇਕੁਮ ਦੋਸਤੋ ਇਹ ਦਾ 30 ਦਿਨ ਬਹੁਤ ਬਹੁਤ ਮੁਬਾਰਕ ਹੋਵੇ ਕਿਸੇ وجہ ਤੋਂ ਨਾ ਮੈਂ ਮਜਬੂਰੀ ਦੇ ਵਜ੍ਹਾ ਤੋਂ ਵੀਡੀਓ ਨਹੀਂ ਬਣਾ ਸਕਿਆ ਅਸਲ ਦੇ ਵਿੱਚ ਮੈਂ ਘਰ ਇਕੱਲਾ ਹੀ ਬੰਦਾ ਵਾਂ ਮੈਂ ਆਪ ਹੀ ਕੁਰਬਾਨੀ ਕੁਰਬਾਨੀ ਕਰਨੀ ਹੁੰਦੀ ਹੈ ਆਪ ਹੀ ਆਪ ਜ਼ਿਵਾ ਕਰੀਦੀ ਹੈ ਵੀ ਮੈਂ ਨਾ ਥੋੜਾ ਜਿਹਾ ਮਸਰੂਫ ਰਹੇ ਆ ਵੀਡੀਓ ਨਹੀਂ ਬਣਾ ਸਕਿਆ ਬਹੁਤ ਮਾਫਰਤ ਆਪਣੇ ਦੋਸਤਾਂ ਨਾਲ ਜੀ ਦੋਸਤੋ ਆਪਣੀਆਂ 1692 ਦੀ ਮੁੰਜੀ ਹੈ ਆ ਬਾ ਅੱਗੇ ਇੱਕ ਵਾਰੀ ਜਦੋਂ ਬਿਜਨੀ ਸੀ ਮੇਰੇ ਖਾਲ ਨਾਲ ਸ਼ਾਰਟ ਦੇ ਵਿੱਚ ਇੱਕ ਦੋ ਵਾਰ ਦਖਾਈ ਸੀਗੀ ਯੇਨਾ ਲੋਗਾਂ ਨੇ ਨਹੀਂ ਦੇਖੀ ਸ਼ਾਰਟ ਵੀਡੀਓ ਦੇ ਵਿੱਚ ਜਾ ਕੇ ਆਪਣੀ ਦੇਖ ਸਕਦੇ ਆ ਤੇ ਇਹ ਆਪਣੀ 1692 ਇਧਰ ਦਿਖਾਓ ਮਾਸ਼ਾਅੱਲਾ ਇਹ ਆਪਾਂ ਬੀਜੀ ਸੀਗੀ ਜੀ ਗੰਧਮ ਤੋਂ ਫੋਰਨ ਬਾਅਦ ਇਹਦੇ ਵਿੱਚ ਇੱਕਾ ਦੁੱਕਾ ਪੌਦੇ ਜਿਹੜੇ ਬਕੈਣੀ ਦੇ ਆਏ ਆ ਆਹ ਦੇਖ ਲਓ ਇੱਕ ਚੰਦ ਰਖ ਪੌਦੇ ਖੜੇ ਆ ਉੱਤੇ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਕੋਈ ਜ਼ਿਆਦਾ ਨਹੀਂ ਹੈਗੇ ਅਸੀਂ ਇਹਨੂੰ ਥਾਇਓਫਲੇਟ ਮੈਥਾਈਲ ਜ਼ਹਿਰ ਲਗਾ ਕੇ ਫਿਰ ਅਸੀਂ ਇਹਨੂੰ ਕਾਸ਼ਤ ਕੀਤਾ ਸੀ ਲੇਕਿਨ ਲੋਗਾ ਨੇ ਵਿਆਸੀ ਕਾਸ਼ਤ ਕੀਤੀ 50% ਤੱਕ ਦੋਸਤੋ ਉਹਨਾਂ ਦੀ ਫਸਲ ਖਰਾਬ ਹੋ ਗਈ ਬਰਬਾਦ ਹੋ ਗਈ ਉਹਨੇ ਵਾਅ ਦਿੱਤੀ ਹੈ ਯਕੀਨ ਮੈਨੂੰ ਬਹੁਤ ਮਤਲਬ ਦਿਲ ਖਰਾਬ ਹੋਇਆ ਇਨਾ ਖਰਚੇ ਕਰਕੇ ਇਹ ਆਪਣੀ ਹੁਣ ਮਾਸ਼ਾਅੱਲਾ ਨਿਸਰਨੀ ਸ਼ੁਰੂ ਹੋ ਗਈ ਆ ਜ਼ਰਾ ਗੋਭ ਦੀ ਹਾਲਤ ਦੇ ਵਿੱਚ ਆਈ ਆ ਆਪਾਂ ਜਿਹਨੂੰ ਜੀ ਆਹਾ ਕੈਨਜ਼ੋ ਵਾਲਿਆਂ ਦੀ ਆ ਐਵੀਅਲ ਗਰੁੱਪ ਵਾਲਿਆਂ ਦਾ ਇਹਨੂੰ ਆਪਾਂ ਪਵਾ ਰਹੇ ਆ 8 ਕਿਲੋ ਇਹਦੇ ਵਿੱਚ ਆਗਾ ਜੀ ਫੈਪਰੋਨੇਲ 3% ਔਰ ਕਾਰਟੇਪ 4% ਆ ਇਹ ਦੇਖ ਲਓ ਜੀ ਇਹ ਇਹ ਆਪਾਂ ਜਿਹਨੂੰ ਜ਼ਹਿਰ ਪਵਾ ਰਹੇ ਆ ਇਹਨੂੰ ਅੱਲਾ ਕਿਤੇ ਨਿਸਰਨ ਤੇ ਆ ਗਈ ਆ ਇਨਸ਼ਾਅੱਲਾ ਉਮੀਦ ਆ ਵੀ 25 ਦਿਨ ਬਾਅਦ ਤਕਰੀਬਨ ਆਪਾਂ ਇੱਕ ਵੀਡੀਓ ਫੇਰ ਲਗਾਵਾਂਗੇ ਇਹਦੀ 1699 ਦੀ ਜਦੋਂ ਇਹ ਤਕਰੀਬਨ ਮਸ਼ੀਨ ਇਹ ਲਵਾਵਾਂਗੇ ਇਹ ਨਜ਼ਦੀਕ ਥੋੜਾ ਜਾ ਕੇ ਨਾ ਇੱਕ ਮਹੀਨੇ ਬਾਅਦ ਫੇਰ ਆਪਾਂ ਦਿਖਾਵਾਂਗੇ ਸ਼ਰਾਫਤ ਲੱਗਾ ਹੋਇਆ ਜੀ ਸਿੱਟਣ ਜ਼ਹਿਰ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਇਹਦਾ ਇਹਨਾਂ ਕਦ ਕੁਦ ਕੋਈ ਨਹੀਂ ਹੁੰਦਾ ਬਸ ਛੋਟਾ ਜਿਹਾ ਕਦ ਹੁੰਦਾ ਵਾ ਦੂਸਰੇ ਨੰਬਰ ਤੇ ਬਿਮਾਰੀ ਵੀ ਕੋਈ ਖਾਸ ਆਈ ਨਹੀਂ ਇਹਨੂੰ ਆ ਚੰਦ ਪੌਦੇ ਬਕੈਣੀ ਦੇ ਉੱਤੇ ਆਏ ਆ ਹਾਲਾਂਕਿ ਅਸੀਂ ਜ਼ਹਿਰ ਵੀ ਲਾਈ ਸੀ ਅਲਹਮਦੁਲਿਲਾ ਬਾਚੇ ਬਚਾ ਹੋ ਗਿਆ ਉਹਦੀ ਵਜ੍ਹਾ ਨਾਲ ਕੋਈ ਇਹਦਾ ਕਦ ਵੱਡਾ ਨਹੀਂ ਉਹ ਨੰਬਰ 2 ਤੇ ਸ਼ੁਗੂਫਾ ਸਾਜ਼ੀ ਬਹੁਤ ਵੱਡੀ ਹੈ ਇਹਦੀ ਯਾਨੀ ਕਿ ਮੈਂ ਹੁਣ ਨੋਟ ਕੀਤਾ ਵਾ 55 60 52 55 ਇਹ ਆ ਤੋਂ ਉੱਤੇ ਉੱਤੇ ਆ ਅਗਰ ਐਵਰੇਜ ਹਾਈਜ਼ ਲਗਾਇਆ ਜਾਵੇ ਨਾ 45 ਤੋਂ 50 ਤੱਕ ਮਤਲਬ ਇਹਦੇ ਐ ਪੌਦੇ ਹੈਗੇ ਆ ਤੇ ਬਾਕੀ ਇਹਨੂੰ ਮੈਂ ਆਪਾਂ ਜ਼ਹਿਰ ਪਵਾਤੀ ਆ ਖਾ ਜਿਹੜੀ ਅਸੀਂ ਪਾਈ ਆ ਥੋੜੀ ਜੀ ਮੈਂ ਤੁਹਾਨੂੰ ਇਹਦਾ ਡਿਟੇਲ ਦਿਖਾ ਦਵਾਂ ਦੱਸ ਦਵਾਂ ਬਲਕੇ ਤੇ ਜਿਹੜੀ ਆਪਾਂ ਇਹਨੂੰ ਮਤਲਬ ਆਹ ਦੇਖੋ ਨਾ ਆ ਦੇਖੋ ਹੁਣ ਸ਼ਕੂਫ ਆ ਦੇਖੋ ਚੂਪਾ ਸਾਜ਼ ਦੀ ਇਹਦੀ ਮਾਸ਼ਾਅੱਲਾ ਇਹ ਦੇਖ ਲੋ ਜਬਰ ਇਧਰ ਦਾ ਹਾਉ ਜੀ ਉੱਪਰੋਂ ਦਾ ਹਾਉ ਉਪਰ ਹਾ ਦਾ ਕੋ ਇਹ ਦੇਖੋ ਯਾ ਇੱਕ ਪੌਦਾ ਵਾ ਦੇਖੋ ਮਾਸ਼ਾਅੱਲਾ ਕਿੱਡਾ ਵੱਡਾ ਵੱਡਾ ਹੋਇਆ ਹੋਇਆ ਵਾ ਬਹੁਤ ਜ਼ਬਰਦਸਤ ਆ ਮਤਲਬ ਆ ਦੇਖੋ ਇੱਕ ਸਾਡੇ ਵਾਲੇ ਪਾਸੇ ਤਾਂ ਕਾਇਨਾਤ ਬਿਲਕੁਲ ਫਾਰਕ ਹੋ ਗਈ ਹੈ ਬਰਹਾਲੇ ਫਸਟ ਟਾਈਮ ਅਸੀਂ ਲਗਾਈ ਹੈ ਅਸੀਂ ਫਸਟ ਟਾਈਮ ਕਾਸ਼ਤ ਕੀਤੀ ਹੈ ਇਹ 1692 ਔਰ ਪਹਿਲੇ ਹੀ ਮਤਲਬ ਆਪਣਾ ਕਹ ਲੋ ਤੁਸੀਂ ਅਸੀਂ ਪਹਿਲੇ ਗੰਧਮ ਤੋਂ ਫੌਰਨ ਬਾਅਦ ਲਗਾਈ ਸੀਗੀ ਦੇਖਦੇ ਇਹਦੀ ਹੁਣ ਐਵਰੇਜ ਚੀਜ਼ ਆਉਂਦੀ ਆ ਜ਼ਾਹਰ ਦੇਖਣ ਨੂੰ ਤਾਂ ਮਾਸ਼ਾਅੱਲਾ ਬਹੁਤ ਸੋਹਣੀ ਖੜੀ ਆ ਦੂਸਰਾ ਮਤਲਬ ਬਿਮਾਰੀ ਕੋਈ ਨਹੀਂ ਪਈ ਇਹਨੂੰ ਆ ਜਨਾ ਕਹਿ ਦਵਾ ਬਿਮਾਰੀ ਬਿਮਾਰੀ ਮਾਸ਼ਾਅੱਲਾ ਬਿਲਕੁਲ ਨਹੀਂ ਪਈ ਇਹਦੇ ਉੱਤੇ ਲੇਕਿਨ ਅਸੀਂ ਫਾਸਤੀ ਤੌਰ ਤੇ ਹੁਣ ਅੱਜ ਅਸੀਂ ਇਹ ਖਾ ਆ ਪਵਾ ਰਹੇ ਆ ਜ਼ੈਰ ਕੱਲ ਨੂੰ ਆਪਾਂ ਇਹ ਤੇ ਲੈਂਡਾ ਕਰਾਂਗੇ ਸਕੋਰ ਕਰਾਂਗੇ ਨੇ ਸਵੇਰੇ ਵਾਲਿਆਂ ਦਾ ਔਰ ਬੁਰਾਨ ਕਰਾਂਗੇ ਇਹ ਤਿੰਨਾਂ ਚੀਜ਼ਾਂ ਦਾ ਮਿਕਸਚਰ ਇਹ ਤੇ ਕਰਾਂਗੇ ਅਸੀਂ ਹਾਂ ਗਰਮੀ ਆਜ ਤੋਂ ਤਕਰੀਬਨ ਇੱਕ ਹਫਤਾ ਪਹਿਲੇ ਗਰਮੀ ਆ ਸੀ ਤੇ ਸਕਵਾਂਟਸ ਆ ਅਸੀਂ ਸਪਰੇਅ ਲਾਜ਼ਮੀ ਕਰਵਾਇਆ ਸੀਗਾ ਮਤਲਬ ਇੱਕ ਚਾਰ ਮਤਲਬ 200 ml ਫਿਰ ਟੈਂਕੀ ਅਸੀਂ ਪਾ ਕੇ 800 ml ਦੀ ਬੋਤਲ ਹੁੰਦੀ ਇੱਕ ਇੱਕ ਕਰਦੇ ਕੀਤਾ ਸੀ ਉਹਦੇ ਨਾਲ ਅੱਛੇ ਰਿਜ਼ਲਟ ਆਏ ਆ ਗਰਮੀ ਬਰਦਾਸ਼ਤ ਕੀਤੀ ਹੈ ਇਹਨੇ ਤੇ ਬਾਕੀ ਹੁਣ ਦੇਖਦੇ ਆ ਅੱਲਾਹ ਤਾਲਾ ਬਿਹਤਰ ਦਾ ਮਾਮਲਾ ਫਰਮਾਉਣਗੇ ਬਾਕੀ ਹੁਣ ਉੱਤੇ ਇਹਦੇ ਆਪਾਂ ਪਾਵਾਂਗੇ ਸਪਰੇ ਕਰਾਂਗੇ ਲੈਮਡਾ ਤੇ ਦੂਸਰੇ ਨੰਬਰ ਤੇ ਬੁਰਾਨ ਉਹ ਨੰਬਰ 3 ਤੇ ਇਹਨੂੰ ਕਰਾਂਗੇ ਸਕੋਰ ਨਿਆ ਸਵੇਰਾ ਦੀ ਇਨਸ਼ਾਅੱਲਾ ਫਿਰ ਉਮੀਦ ਆ ਇਹ ਨਿਸਰ ਜਾਏਗਾ ਇੱਕ ਮਹੀਨੇ ਬਾਅਦ ਬਾਕੀ ਸਾਡੇ ਇੱਧਰ ਵੀ ਲੱਗੀ ਹੋਈ ਹੈ ਇੱਧਰ ਦਿਖਾਓ ਜੀ ਨਾਲ ਹਮਸਾਇਆਂ ਦੇ ਪਰ ਇਹ ਪੁਖਰਾਇ ਲੱਗਾ ਹੋਇਆ ਜੀ ਹਰ ਕਿਸੇ ਨੇ ਆਪਣੀ ਆਪਣੀ ਮਤਲਬ ਕਹ ਲਓ ਆਪਾਂ ਲਗਾਇਆ ਹੋਇਆ ਆਪਦੇ ਸਮਝ ਦੇ ਮੁਤਾਬਕ ਜਿਨ੍ਹਾਂ ਕੋਲ ਸੋਲਰ ਹੈਗੇ ਆ ਮਤਲਬ ਹੁਣ ਜਿਸ ਤਰ੍ਹਾਂ ਇਹਨਾਂ ਦਾ ਉਹ ਸੋਲਰ ਲੱਗਾ ਹੋਇਆ ਵਾ ਹਾਂਜੀ ਇਹ ਉਹਨਾਂ ਨੇ ਲਗਾਏ ਹੋਇਆ ਹੁਣ ਆਪਣਾ ਉਧਰ ਸੋਲਰ ਲੱਗਾ ਹੋਇਆ ਉਧਰ ਦਿਖਾਓ ਜੀ ਡੇਰੇ ਦੇ ਨਾਲ ਹਾਂਜੀ ਉਹ ਨਜ਼ਰ ਆ ਗਿਆ ਆਪਣਾ ਸੋਲਰ ਲੱਗਾ ਹੋਇਆ ਵਾ ਇਸੇ ਤਰ੍ਹਾਂ ਜਿਨ੍ਹਾਂ ਸੋਲਰ ਉਹਨਾਂ ਨੂੰ ਵਾਰਿਆ ਬਾਈ ਤੇਲ ਤਾਂ ਬਹੁਤ ਮਹਿੰਗਾ ਵਾ ਦੋਸਤੋ ਆਪਾਂ 17 18 ਵੀ ਲਾਈ ਆ ਕਾਇਨਾਤ ਅੱਗੇ 11 21 ਲਾਈ ਦੀ ਉਹ ਤਾਂ ਬਿਮਾਰੀਆਂ ਬਹੁਤ ਜ਼ਿਆਦੀਆਂ ਪੈਂਦੀਆਂ ਆ 17 18 ਵੀ ਬਾਕੀ 1847 ਵੀ ਲਗਾਈ ਆ तकरीबन 5 ਕਿਲੋ ਆਪਾਂ ਸੀਡ ਲਗਾਇਆ ਸੀ ਦੇਖੋ 1 ਏਕੜ ਲੱਗਦਾ 6 ਕਣਾਂ ਲੱਗਦੀਆਂ ਮੌਕੇ ਆਪਾਂ ਤੁਹਾਨੂੰ ਦਿਖਾਵਾਂਗੇ तकरीबन 4 4 ਇੰਚ 5 5 ਇੰਚ ਦੀ ਹੋ ਗਈ ਆ ਮੇਰੇ ਖਿਆਲ ਨਾਲ ਇੱਕ ਹਫਤੇ ਦਸ ਦਿਨਾਂ ਤੱਕ ਉਹ ਵੀ ਸ਼ਿਫਟ ਕਰਾਂਗੇ ਇਨਸ਼ਾ ਅੱਲਾਹ ਲਾਜ਼ਮੀ 1847 ਦਾ ਵੀ ਤੁਹਾਨੂੰ ਦਿਖਾਵਾਂਗੇ オリジナル ਬੀਜ ਆ ਜੀ ਜਕਮ ਜੁਲਾਈ ਆ ਹਕੂਮਤ ਨੇ ਕਿਹਾ ਸੀ ਰੋਸ ਤੋਂ ਤੇਲ ਹੁਣਾ ਵਾ ਪਤਾ ਨਹੀਂ ਕਿਹੜਾ ਤੇਲ ਆਇਆ ਉੱਥੋਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਸਰੋਂ ਦਾ ਤੇਲ ਆ ਗਿਆ ਉੱਥੋਂ ਇਹ ਆਹੋ ਜਿਹੜੀ ਸਮਝ ਨਹੀਂ ਆਉਂਦੀ ਸਾਨੂੰ ਬਈ ਨਾਲਿਆਂ ਸੀ ਸਸਤਾ ਹੁਣਾ ਵਾ ਬਾਅਦ ਮਹਿੰਗਾ ਕਰ ਦਿੱਤਾ ਹੋਣ ਕਹਿੰਦੇ ਆਈਐਮਐਫ ਨੇ ਮੰਨਿਆ ਸਾਨੂੰ ਹੁਣ ਕੀ ਪਤਾ ਆਈਐਮਐਫ ਕੀ ਹੁੰਦੀ ਆ ਸੰਤ ਇਹਨਾਂ ਨੇ ਜਿਹੜੇ ਵਾਦੇ ਕੀਤੇ ਆ ਬਕਾਇਦਾ ਬਾਰ ਹਾਲ ਜੀ ਮੇਰੀ ਹਕੂਮਤ ਤੋਂ ਰਿਕਵੈਸਟ ਆ ਵੀ ਥੋੜਾ ਹੱਥ ਨਰਮ ਰੱਖਿਆ ਜਾਵੇ ਜ਼ਿੰਮੇਵਾਰਾਂ ਦੇ ਉੱਤੇ ਜਿਨ੍ਹਾਂ ਦੇ ਸੋਲਰ ਲੱਗੇ ਉਹਨਾਂ ਨੂੰ ਵਾਰੇ ਆ ਸੋਲਰ ਵੀ ਹੁਣ ਦੇਖੋ ਪਲੇਟਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਹਰ ਪਾਸਿਓਂ ਜ਼ਿੰਮੇਦਾਰ ਹੀ ਮਾਰਿਆ ਜਾਂਦਾ ਤੇ ਬਰ ਹਾਲ ਮੇਰੀ ਸਮਝ ਦੇ ਮੁਤਾਬਕ ਤਾਂ ਜ਼ਿੰਮੇਦਾਰ ਵਿਚਾਰਾ ਪਿਸਿਆ ਪਿਆ ਵਾ ਬਸ ਹੋਈ ਖੜੀ ਆ ਅਸਤਾਂ ਕਾਕੇ ਅੱਲਾਹ ਤਾਲਾ ਬਿਹਤਰ ਫਰਮਾ ਜਦੋਂ ਆਉਂਦੀ ਸਾਡੀ ਵਾਰੀ ਜ਼ਿੰਮੇਦਾਰਾਂ ਦੀ ਉਦੋਂ ਹਰ ਛਾਈ ਸਸਤੀ ਹੋ ਜਾਂਦੀ ਹੈ ਜਦੋਂ ਨਹੀਂ ਹੁੰਦੀ ਉਦੋਂ ਜਦੋਂ ਵਪਾਰੀਆਂ ਕੋ ਚਲੇ ਜਾਂਦੀ ਆ ਉਦੋਂ ਮਹਿੰਗੀ ਹੋ ਜਾਂਦੀ ਆ ਇਹ ਇਸ ਚੀਜ਼ ਦਾ ਵੀ ਨੋਟਿਸ ਲੈਣਾ ਚਾਹੀਦਾ ਹਕੂਮਤ ਨੂੰ ਉਹ ਸਾਡੇ ਕੋ ਕਣਕ ਸਸਤੀ ਲੈ ਕੇ ਹੁਣ ਆ ਮਹਿੰਗੀ ਕਰੀ ਜਾਂਦੇ ਇਹ ਵੀ ਹੁਣ ਇਹਨਾਂ ਚਲਾਕੀ ਆ ਜੇ ਰੱਖਦੇ ਆ ਪਰਚੇ ਦਿੰਦੇ ਆ ਇਹ ਗੱਲ ਗਲਤ ਆ ਬਾਕੀ ਆਪਾਂ ਹੁਣ ਜ਼ਿਆਦਾ تنਕੀਦ ਵੀ ਨਹੀਂ ਕਰ ਸਕਦੇ ਹੈਗੇ ਤੇ ਅੱਲਾਹ ਪਾਕ ਇਹਨਾਂ ਨੂੰ ਹਿਦਾਇਤ ਦਾ ਮਾਮਲਾ ਫਰਮਾਉਣ ਆਪਾਂ ਇਹ ਹੀ ਦੁਆ ਕਰ ਸਕਦੇ ਆ ਜੇ ਸਾਡੇ ਸ਼ਰਾਫੀਆ ਜਾਂ ਮੁਲਕ ਚਲਾਉਣੇ ਵਾਲੇ ਆ ਤੇ ਬਾਕੀ ਹੁਣ ਇਜਾਜ਼ਤ ਦਿਓ ਸਾਨੂੰ ਆਪਣੀ 1092 ਦੀ ਫਸਲ ਤੁਹਾਨੂੰ ਦਿਖਾਉਣੀ ਸੀਗੀ ਬਾਕੀ ਇਨਸ਼ਾਅੱਲਾ ਤਾਲਾ ਫਿਰ ਮਜ਼ੀਦ ਜਦੋਂ ਇਹ ਹੁਣ ਵੱਢਣ ਦੇ ਨਜ਼ਦੀਕ ਆਏ ਮਸ਼ੀਨ ਲਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਚਾਹ ਲੈ ਨੂੰ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰ ਲੋ ਇਨਸ਼ਾਅੱਲਾ ਓਕੇ ਅੱਲਾਹ ਹਾਫਿਜ਼